ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰੂ ਨਾਨਕ ਤੇ ਭਰੋਸੋ ਬੇੜਾ ਪਾਰ ਕਰਨਾ। ਅਕਸਰ ਕਰੇ ਸਾਂ ਡਬਲ ਮਾਈਂਡਿਡ ਹੁੰਦਾ ਹੈ, ਤਦੇ ਅਸੀਂ ਗੁਰੂ ਖਾਂ ਬਖਸ਼ਿਸ਼ ਨਹੀਂ ਪਾਏ ਸਕਦੇ। ਸੋ ਜੋ ਗੁਰਦੁਆਰੇ ਅਚਣ ਸਾਂ ਸਤਿਗੁਰ ਜੀ ਮਿਹਰ ਮਿਲੇ ਥੀ, ਪਰ ਗੁਰਦੁਆਰੇ ਅੱਛੀ ਕਰੇ ਵੀ ਅਸੀਂ ਵਿਆਹ ਵੀ ਸਭ ਕੰਮ ਕਹਿੰਦਾ ਹੈ ਵਿਆਹ ਵੀ ਸਭ ਚੁੰਡ ਕੇ ਮੈਂ ਕਿਹੜੀ ਦਰਬਾਰ ਆ ਟਿਓਰੀ ਸੀ ਵਿਆਹ ਸੀ ਚੁੰਡ ਕੇ ਸ਼ਹਿਰ ਸਾਈਂ ਦਰਿਆ ਨੋਮਲ ਸੇਵਾਦਾਰੋ ਭਾਈ ਹਰਗੁਣ ਦਾਸ ਆ ਉਹਦੇ ਜੇਕਰ ਸੰਭਾਰ ਦਾ ਸੇਵਾ ਕਰਨਾ ਬੁਧਾਇਬ ਜਿਹੜੇ ਮੁੰਹਜੋ ਪੀ ਸੇਵਾ ਕਰਦੋ ਇਹਤੇ ਸਾਈਂ ਸਾਂ ਗੱਡ ਰੋਜ਼ ਸਵੇਰੇ ਚਾਰ ਵਜੇ ਸਾਢੇ ਚਾਰ ਵਜੇ ਦਰਬਾਰ ਪੁੱਜੀ ਜਾਂਦਾ ਸਾਈਂ ਵੀ ਔਰ ਮੁੰਹਜੋ ਪੀ ਵੀ ਜੇ ਸਾਲ ਗੁਜ਼ਰੀ ਆ ਸੇਵਾ ਹਿਕੜੇ ਡੀ ਮੁੰਹਜੋ ਪੀ ਵਿਹੋ ਅਸਾਂ ਰਿਸ਼ਤਾ ਥਿਆ ਪੋ ਉਹਨਾਂ ਜੀ ਕੋ ਬਾਸ ਹੋਈ ਸੇਣਨ ਜੀ ਅਸਾਂਜੀ ਉਹ ਵਠੀ ਆ ਬਾਹਰ ਕੈਂ ਦਰਗਾਹ ਤੇ ਬਾਸ ਪੂਰੀ ਕਰਨ ਉਤੇ ਵਿਆਹ ਤੇ ਦਾਰੂ ਬਾਜੀ ਖਾਈ ਜੋ ਸੁੱਤਾ ਤੇ ਉਹਨਾਂ ਕੇ ਹੋਸ਼ ਹੀ ਕੋਨ ਜੇ ਹਾਣੇ ਪੰਧ ਪਰੇ ਹੋ ਰਾਤ ਜੋ ਉਹ ਨਿਕਤਾ ਕੋਨ ਹੀ ਮਜਬੂਰ ਤੇ ਵੇਹੀ ਰਿਹਾ ਵਿਚਾਰੋ ਮੁੰਹਜੋ ਪੀ ਚਿਬ ਸੁਬੁਹ ਜੋ ਸੁਭਾਣੇ ਸ਼ਾਮ ਜੋ ਆਇਓ ਸਾਈਂ ਸਾਂ ਵਰੀ ਸੇਵਾ ਤੇ ਤੋ ਸਾਈਂ ਪੁੱਛ ਦਰਿਆ ਨੇ ਮਰ ਤੇ ਸੁਬੁਹ ਕੋਨ ਆਏ ਚਿ ਭਉ ਕੋ ਬੁਧਾਏ ਨਾ ਪਿਓ ਸਾਈਂ ਭਉ ਕੋ ਉਹ ਚਈਂ ਆਖਿਰ ਜੀ ਸਾਈਂ ਬੀਅਰ ਪੁੱਛੋ ਨਾ ਚਈਂ ਸਾਈਂ ਮਾਫ਼ ਕਰੋ ਕੱਲ ਮਾਗੇ ਸੇਣ ਵਠੀ ਆ ਉਹਦੇ ਦਰਗਾਹ ਤੇ ਪੀਰ ਤੇ ਉਹ ਤੇ ਖਾਈ ਪੀ ਸੁਮੀ ਪਿਆ ਹਾਣੇ ਮਾਂ ਕਿਲੋ ਕਾਢੇ ਹੋਣ ਨਿਕਤਾ ਹੀ ਕੋਨ ਬੱਸੂ ਸੁਬੁਹ ਜੋ ਕੱਢਿਓ ਉਹਨਾਂ ਕੇ ਹੋਸ਼ ਹੀ ਕੋਨ ਹੋ ਮਜਬੂਰ ਥੀ ਕਰੇ ਮਾਂ ਉੱਤੇ ਬੈਠੋ ਰਹਿ ਸਜੀ ਰਾਤ ਤਰੇ ਜੇ ਸਾਈਂ ਵਟ ਜੀਅਂ ਸੱਚਾਈ ਕਈ ਮੁੰਹਜੋ ਪੀ ਮਨਾ ਸੇਣਨ ਵਾਰੋ ਸੇਣਨ ਵਾਰੋ ਚਿਬੋ ਦਰਿਆ ਨੇ ਮਲ ਇੱਕ ਲੱਕੜ ਘੁਰਾਏ ਕਰੇ ਸੰਗਤ ਜੇ ਸਾਹਮਣ ਗਏ ਬਟੇ ਵਾਹੇ ਕੱਢਿਆ ਛਾਤੇ ਚੀ ਮਾਂ ਤੋਂ ਗਏ ਹੇਤਰਾ ਸਾਲ ਗੁਰੂ ਨਾਨਕ ਜੋ ਪਾਠ ਪੜਾਇਆ ਵਾ ਤੂੰ ਗੁਰੂ ਨਾਨਕ ਜੀ ਸੇਵਾ ਛੱਡੇ ਇੱਕ ਪੀਰ ਤੇ ਵਿਹਾ ਸੁਰਵਿੰਨ ਤੇ ਸੇਣਨ ਵਾਰੋ ਮੁੰਹਜੋ ਪੀ ਚੀ ਅਸਾਂ ਸ਼ਾਦੀ ਕੇ ਲਵਾ ਤੇ ਮਾਰ ਇਮਾਂ ਤੋਂ ਹੇਤਰਾ ਸਾਲ ਪਾਠ ਪੜਾਇਆ ਵਾ ਬਾਬੇ ਜੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਨਾਨਕ ਸਾਹਿਬ ਜੇ ਦਰ ਜੋ ਤੂੰ ਹੇੜੇ ਪੀਰ ਕੇ ਛੱਡੇ ਕਰੇ ਹੋੜੇ ਹੁਣ ਪੀਰ ਤੇ ਵਿਆ ਦਰਗਾਹ ਤੇ ਵਿਆ ਸੇਵਾ ਗੁਸਾਈ ਦੀ ਇਹ ਭਰੋਸਾ ਵੀ ਕਿਹੜੋ ਪੀਰ ਹੋ ਜੇਕੋ ਗੁਰੂ ਨਾਨਕ ਸਾਹਿਬ ਜੀ ਅੱਗੇ ਨਮਸਕਾਰ ਨਾ ਕਈ ਕਿਹੜੇ ਤਨੇ ਭਾਈ ਗੁਰਦਾਸ ਸਾਹਿਬ ਲਿਖਿੰਦਾ ਨਾ ਜਾਹਰ ਪੀਰ ਜਗਤ ਗੁਰੂ ਬਾਬਾ।